ਠੀਕ ਹੈ ਜੀ। ਮੈਂ ਕੁਛ ਨਹੀਂ, ਮੈਂ ਗੱਡੀ ਵਾੜਨ ਦਿਆਂ ਸਿੰਦਰ, ਠੀਕ ਹੈ ਜੀ। ਟੈਕਸੀ ਗੱਡੀ ਹੈ ਜੀ, ਟੈਂਪੂ ਟਰੈਵਲ ਕਿਹੜੀ ਜਗ੍ਹਾ ਤੇ? ਇਹ ਇੱਧਰ ਹੀ ਹੈ, ਅੱਗੇ ਹੋਟਲ ਹੈਗਾ ਸ਼ਰਾਜ, ਠੀਕ ਹੈ ਜੀ। ਅੰਦਰ ਗੱਡੀ ਵਾੜਦਾ ਪਿਆ ਸੀ, ਉੱਥੋਂ ਗੱਡੀ ਲਿਆ ਕੇ ਇੱਥੇ ਰੋਕੀ। ਇਹ ਤਾਰਾਂ ਵੇਖੋ ਤੁਹਾਡੀ, ਉੱਥੇ ਤਾਰਾਂ ਨਾਲ ਗੱਡੀ ਲੱਗ ਗਈ ਆ ਕੇ ਭਾਅ ਜੀ, ਠੀਕ ਹੈ ਜੀ। ਇੱਥੇ ਇੱਕ ਜਾਣੇ ਨੇ ਮੈਨੂੰ ਕਹਿਤਾ ਕਿ ਵੀਰ ਤੇਰੀ ਗੱਡੀ ਲੱਗ ਗਈ ਤਾਰਾਂ ਨਾਲ, ਠੀਕ ਹੈ। ਮੈਂ ਗੱਡੀ ਬੈਕ ਕਰ ਲਈ ਜੀ, ਗੱਡੀ ਬੈਕ ਕਰ ਲਈ ਜੀ। ਬਾਅਦ 'ਚ ਉਸ ਤੋਂ ਬਾਅਦ ਉਹਨੇ ਮੈਨੂੰ ਮਤਲਬ ਕਿ ਗਾਲਾਂ ਕੱਢੀਆਂ ਜੀ। ਪਹਿਲਾਂ ਤਾਂ ਮਾਰੇ ਮੇਰੇ ਬੈਂਸ ਬੋਲ ਮਾਰੇ, ਠੀਕ ਹੈ, ਗਲੋਂ ਫੜਿਆ ਆ ਕੇ। ਜਦੋਂ ਮੈਂ ਉਹਨੂੰ ਮੈਂ ਵੀ ਗਲੋਂ ਫੜਿਆ, ਜਦੋਂ ਉਹਨੇ ਮੇਰੇ ਨਾਲ ਜਦੋਂ ਗਲੋਂ ਫੜਿਆ ਮੈਂ ਵੀ ਫੜ ਲਿਆ, ਠੀਕ ਹੈ। ਉਸ ਤੋਂ ਬਾਅਦ ਤਿੰਨ ਚਾਰ ਜਾਣੇ ਪਹਿਲਾਂ ਮੇਰੇ ਇਕੱਲੇ 'ਤੇ ਗਲ ਪੈ ਗਏ ਜੀ, ਠੀਕ ਹੈ ਭਾਅ ਜੀ। ਉਸ ਤੋਂ ਬਾਅਦ 'ਚੋਂ ਫਿਰ ਉਹਨੇ ਮੇਰੇ ਬੈਂਸ ਬੋਲ ਅੰਦਰੋਂ ਡਾਂਗ ਫੜ ਕੇ ਲਿਆ, ਉਹ ਮਾਰੀ, ਠੀਕ ਹੈ ਜੀ। ਬਾਅਦ 'ਚੋਂ ਇਹਨਾਂ ਮੈਂ ਗੱਡੀ ਬਾਹਰ ਲੈ ਗਿਆ ਜੀ, ਸਵਾਰੀ ਆਪਣੀ ਤਾਰਤੀ ਬਾਹਰ, ਇੱਕ ਬੰਦਾ ਅੰਦਰ ਬਾਹਰ ਜਾ ਕੇ ਤਾਰਤੀ ਸਵਾਰੀ। ਉੱਥੋਂ ਬਾਅਦ ਮੈਂ ਆਪਣੇ ਮੁੰਡੇ ਮੇਰੇ ਨਾਲ ਦੋਸਤ ਉਹ ਆਏ, ਅਸੀਂ ਗੱਲ ਕਰਨ ਆਏ, ਉਹ ਵੀ ਠੀਕ ਹੈ ਜੀ। ਉਹਨਾਂ ਨੇ ਬਾਅਦ ਚੋਂ ਆ ਕੇ ਸਾਡੇ ਇੱਥੇ ਚਾਰਾਂ ਜਾਣਿਆਂ ਦੇ ਫੈਰ ਮਾਰੇ ਜੀ, ਠੀਕ ਹੈ ਜੀ, 7-8 ਫੈਰ ਮਾਰੇ ਜੀ। ਹਾਂਜੀ, ਬਸ ਇਹੀ ਗੱਲ ਬੰਦੇ, ਬਸ ਇਹ ਹੋਟਲ ਉਹਨਾਂ ਦਾ, ਠੀਕ ਹੈ ਜੀ। ਇਹੋ ਅੰਦਰ ਇੱਕ ਬੰਦਾ ਅੰਦਰ ਹੈ ਜੀ, ਪੁਲਿਸ ਮੌਕੇ 'ਤੇ ਆਈ ਹੈ ਜੀ। ਵੇਖੋ ਹੁਣ ਕੀ ਬਾਈ, ਹਾਂਜੀ, ਮੇਰੇ ਪੈਰ 'ਚ ਵੱਜੀ ਗੋਲੀ, ਸਿਰ 'ਚ ਗੇ ਸਿਰ 'ਚੋਂ ਨਿਕਲ ਗਈ ਹੈ ਜੀ। ਸਾਨੂੰ ਇੱਕ ਅੱਜ ਸ਼ਾਮ ਨੂੰ ਇਨਫੋਰਮੇਸ਼ਨ ਰਿਸੀਵ ਹੋਈ ਸੀ PCR ਤੋਂ ਕਿ ਵਿਕਟੋਰੀਆ ਰਿਜ਼ੋਰਟ ਦੇ ਮੂਹਰੇ ਆਪਣੇ ਕੁਈਨਜ਼ ਰੋਡ 'ਤੇ ਕੋਈ ਗੋਲੀ ਚੱਲੀ ਆ, ਜਿਸ ਤੋਂ ਬਾਅਦ ਅਸੀਂ ਮੌਕੇ 'ਤੇ ਆ ਕੇ ਜਾਇਜ਼ਾ ਲਿਆ ਵਾ। ਅਤੇ ਇੱਥੇ ਇੱਕ ਸਾਨੂੰ ਫੱਟੜ ਵਿਅਕਤੀ ਮਿਲਿਆ ਜਿਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ, ਜਿਸ ਦਾ ਨਾਮ ਲਵਪ੍ਰੀਤ ਸਿੰਘ, ਜੋ ਕਿ ਖੈਰਦੀਨ ਕੇ ਰਹਿਣ ਵਾਲਾ, ਤਰਨ ਤਰਨ ਦਾ ਰਹਿਣ ਵਾਲਾ, ਇਹ ਇੱਥੇ ਟੈਂਪੂ ਟਰੈਵਲਰ ਚਲਾਉਂਦਾ ਵਾ। ਇਹਦੀ ਇੱਕ ਦੇ ਇੱਥੇ ਆਪਣੇ ਕਸਟਮਰ ਇੱਥੇ ਛੱਡਣ ਆਇਆ ਏਅਰਪੋਰਟ ਤੋਂ ਚੱਕ ਕੇ, ਅਤੇ ਇਹਦੀ ਇੱਥੇ ਗੱਡੀ ਨਾਲ ਤਾਰਾਂ ਦੇ ਵਿੱਚ ਫਸ ਗਈ, ਜਿਸ ਤੋਂ ਬਾਅਦ ਜੋ ਇੱਥੇ ਆਪਣੇ ਹੋਟਲ ਦਾ ਮਾਲਕ ਸੀਗਾ ਉਹਦੇ ਨਾਲ ਇਹਦੀ ਖਹਿਬਾਜ਼ੀ ਹੋਈ, ਅਤੇ ਉਸ ਤੋਂ ਬਾਅਦ ਉਹਨੇ ਆਪਦੇ ਹਥਿਆਰ ਨਾਲ ਇੱਥੇ ਗੋਲੀਆਂ ਚਲਾਈਆਂ ਵਾ, ਜਿਸ ਤੋਂ ਬਾਅਦ ਇਹਦੀ ਗੋਲੀ ਪੈਰ 'ਤੇ ਵੱਜੀ ਆ। ਬਾਕੀ ਇਹਦੇ ਕਹਿਣ ਦੇ ਮੁਤਾਬਕ 4 ਬੰਦੇ ਸੀ, 4 ਕੋਲ ਹਥਿਆਰ ਸੀ, ਅਤੇ 4 ਵੱਲੋਂ ਗੋਲੀ ਚਲਾਈ ਗਈ। ਹੋਟਲ ਦੇ ਅੰਦਰ ਹੀ ਆ ਨੌਜਵਾਨ ਜਿਹਨਾਂ ਦੇ ਗੋਲੀ ਚਲਾਈ ਗਈ ਹੈ? ਨਹੀਂ, ਉਹ ਇਸ ਤੋਂ ਭੱਜ ਚੁੱਕੇ ਜੀ, ਪਰ ਸਾਡੀ ਪੁਲਿਸ ਪਾਰਟੀ ਰੇਡ ਕਰ ਰਹੀ ਸਾਹਮਣੇ ਆਈ ਹਜੇ ਦੇਖ ਰਹੇ ਜੀ। ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਸਰ? 5-6 ਦੇ ਕਰੀਬ ਗੋਲੀਆਂ ਕਹਿ ਰਿਹਾ ਜੀ। ਜਾਨੀ ਨੁਕਸਾਨ ਕੋਈ? ਜਾਨੀ ਨੁਕਸਾਨ ਕੋਈ ਨਹੀਂ, ਉਹਦੇ ਪੈਰ 'ਤੇ ਗੋਲੀ ਲੱਗੀ ਹੈ ਜੀ। ਪੁਲਿਸ ਵੱਲੋਂ ਉਹਦੇ ਬਿਆਨ ਲੈ ਕੇ FIR ਰਜਿਸਟਰ ਕੀਤੀ ਜਾਊਗੀ, ਉਸ ਤੋਂ ਬਾਅਦ ਇਨਵੈਸਟੀਗੇਸ਼ਨ ਕਰਾਂਗੇ ਤੇ ਉਹਨਾਂ ਨੂੰ ਕੈਨਸਲ ਕੀਤੇ ਜਾਣਗੇ ਜਿਹਨਾਂ ਬੰਦੇ ਨੇ ਗੋਲੀ ਚਲਾਈ। ਬਿਲਕੁਲ ਜੀ, ਬਿਲਕੁਲ ਲਾਇਸੈਂਸ ਰੱਦ ਕੀਤੇ ਜਾਣਗੇ ਜੀ। ਦੁਖੀ ਭੈਣ ਭਰਾਵਾਂ ਦੇ ਘਰਾਂ ਨੂੰ ਵਸਾਉਣ ਵਾਲੇ ਗੁਰੂ ਨਾਵੇਦ ਖਾਨ, 9150027173। ਗੈਟ ਯੋਰ ਐਕਸ ਲਵ ਬੈਕ ਇਨ ਯੋਰ ਲਾਈਫ। ਤਕਦੀਰ ਕਦੋਂ ਬਦਲੇਗੀ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਮੋਹਣੀ ਵਸ਼ੀਕਰਨ ਕਰਵਾਓ, ਮਨਚਾਹਾ ਪ੍ਰੇਮੀ ਪ੍ਰੇਮਿਕਾ ਪਾਓ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਪਤੀ ਪਤਨੀ ਚ ਅਣਬਣ, ਔਲਾਦ ਸੁੱਖ, ਵਿਦੇਸ਼ ਯਾਤਰਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਵਿਆਹ ਚ ਦੇਰੀ, ਤਲਾਕ ਕੇਸ, ਕੋਰਟ ਕੇਸ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਸੰਪਰਕ ਕਰੋ। ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਇਟਸ ਮਾਈ ਪ੍ਰੋਮਿਸ। ਗੁਰੂ ਨਾਵੇਦ ਖਾਨ, 9150027173।